ਜਿਸ ਖੇਤਰ ਵਿੱਚ ਮਰਦਾਂ ਦਾ ਦਬਦਬਾ ਹੋਵੇ ਤਾਂ ਉੱਥੇ ਤੁਹਾਨੂੰ ਦੁੱਗਣਾ ਕੰਮ ਕਰਨ ਦੀ ਲੋੜ ਹੈ ਅਤੇ ਅਜਿਹੇ ਜਨੂੰਨ ਦਾ ਹੋਣਾ ਜ਼ਰੂਰੀ ਹੈ। ਮਰਦਾਂ ਦੇ ਫੀਫਾ ਵਰਲਡ ਕੱਪ 2022 ਵਿੱਚ ਸਲੀਮਾ ਮੁਕਨਸਾਂਗਾ ਪਹਿਲੀ ਅਫਰੀਕਨ ਮਹਿਲਾ ਰੈਫਰੀ ਹੋਣਗੇ। ਕਤਰ ਦੇ ਫੁੱਟਬਾਲ ਵਰਲਡ ਕੱਪ ਵਿੱਚ ਸਲੀਮਾ ਰਵਾਂਡਾ ਵੱਲੋਂ ਇਕਲੌਤੇ ਨੁਮਾਇੰਦੇ ਨੇ। ਇਹ ਮਾਣ ਵਾਲੀ ਗੱਲ ਹੈ ਕਿਉਂਕਿ ਅਜਿਹਾ ਕਦੇ ਨਹੀਂ ਹੋਇਆ। ਇਹ ਪਹਿਲਾ ਵਰਲਡ ਕੱਪ ਹੈ ਜਿਸ ਵਿੱਚ ਮਹਿਲਾ ਰੈਫਰੀ ਹੋਣਗੀਆਂ। ਇਸਦਾ ਮਤਲਬ ਹੈ ਕਿ ਤੁਹਾਡੇ ਮੋਢਿਆਂ ਉੱਤੇ ਕਾਫੀ ਜ਼ਿੰਮੇਵਾਰੀਆਂ ਹਨ ਤੇ ਉਹ ਕਹਿਣਗੇ ਵਾਹ ਹੁਣ ਸਾਡੇ ਲਈ ਦਰਵਾਜ਼ੇ ਖੁੱਲ ਚੁੱਕੇ ਹਨ, ਅਸੀਂ ਅੰਦਰ ਜਾ ਸਕਦੇ ਹਾਂ। ਸਾਲ ਦੀ ਸ਼ੁਰੂਆਤ 'ਚ ਸਲੀਮਾ ਅਫਰੀਕਾ ਕੱਪ ਆਫ ਨੇਸ਼ਨਸ 'ਚ ਪਹਿਲੇ ਮਹਿਲਾ ਰੈਫਰੀ ਬਣੇ। ਭਾਵੇਂ ਹੈ ਕਿ ਤੁਸੀਂ ਹੁਣ ਹੋਰ ਔਰਤਾਂ ਲਈ ਦਰਵਾਜ਼ੇ ਖੋਲ ਰਹੇ ਹੋ, ਖਾਸ ਤੌਰ ਉੱਤੇ ਅਫਰੀਕਾ ਦੀਆਂ ਔਰਤਾਂ ਲਈ। ਸਲੀਮਾ ਦੀ ਰੈਫਰਿੰਗ ਲਈ ਹੁਣ ਗਰੁੱਪ ਸਟੇਜ ਗੇਮਸ ਵਿੱਚੋਂ ਇੱਕ ਦਾ ਇੰਤਜ਼ਾਰ ਰਹੇਗਾ।